बताइए रे कर मुंडा या शनि कर। ओ फिर वो कारवेटर का काम हो गया ना, मैनू पता। हाँ जी प्यारे हो, सत श्री अकाल जी सारयां नूं। होप करदा कि सारे वधिया होगे। ते मेरी ते मठी दी अज लड़ाई हो गई, इस करके मठी हथियार लै के आ गया। मठी कित्थे गए बंदे? बंदे जे घड़ी आ। ते यार आपां आए सीगे वीडियो बनाउण, चामा दा वेला वा, सूरज बस डिगण यारा। ते अज कल गाना नहीं चलन डिया, मैं सूरज वांगू कल्ला की पता नहीं इदां कुछ गाना, उहदे ते वीडियो बनाउणी आ। ते फिलहाल ते अपना एक बंदा गया मेरे वाला मोटरसाइकल लै के ਘਰ, ਅਤੇ ਉਹਨੂੰ ਵੀ ਆਪਾਂ ਨੇ ਟਾਇਰ ਪਵਾਤਾ, ਤੁਸੀਂ ਪਿਛਲੇ ਵਲੋਗ 'ਚ ਦੇਖ ਹੀ ਲਿਆ ਨਾ। ਅਤੇ ਯਾਰ ਹੁਣ ਜਿਹੜੀ ਲੁੱਕ ਬਣੀ ਨਾ ਉਹਦੀ, ਓਏ ਹੋਏ ਹੋਏ, ਮੈਂ ਨਾ ਸਿਰਾ ਹੀ ਕੰਮ ਤੇਰੇ ਕਰਕੇ ਵੀ ਤਾਂ ਟਾਇਰ ਵੀ ਪਵਾਤਾ ਨਹੀਂ ਅਤੇ ਕੰਮ ਪੂਰਾ ਓਕੇ ਕਰਾਤਾ ਨਹੀਂ, ਪੂਰੀ ਲੁੱਕ ਵੱਜ ਗਈ, ਐਂ ਓਕੇ ਹੋ ਗਿਆ ਵਾ ਕੰਮ। ਅਤੇ ਵੀਰ ਗਿਆ ਆਪਣਾ ਫੋਨ ਲੈਣ, ਅਤੇ ਉਹ ਹੁੰਦਾ ਫਿਰ ਤੁਹਾਨੂੰ ਮੋਟਰਸਾਈਕਲ ਦੀ ਵੀ ਲੁੱਕ ਦਿਖਾਉਂਦੇ ਹਾਂ। ਅਤੇ ਬਾਕੀ ਸਾਰਿਆਂ ਦਾ ਯਾਰ ਇੱਕ ਵਾਰੀ ਫਿਰ ਤੋਂ ਦਿਲ ਤੋਂ ਥੈਂਕ ਯੂ, ਫਿਰ ਤੋਂ ਨਹੀਂ ਫਸਟ ਟਾਈਮ ਹੀ ਮੈਂ ਥੈਂਕ ਯੂ ਕਰਨ ਲੱਗਾ, ਵੈਸੇ ਮੈਂ ਪੋਸਟ ਪਾ ਕੇ ਵੀ ਕਰਤਾ ਸੀ। ਸੋ ਜਿਨ੍ਹਾਂ ਨੇ 20K ਕਰਨ 'ਚ ਆਪਣੇ ਭਰਾ ਦਾ ਸਾਥ ਦਿੱਤਾ ਵਾ, ਸੋ ਤੁਹਾਡਾ ਬਹੁਤ ਪਿਆਰ ਮਿਲ ਰਿਹਾ। ਸੋ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੀ ਆ, ਤੁਸੀਂ 20K ਤੱਕ ਭਰਾ ਆਪਣੇ ਨੂੰ ਪਹੁੰਚਾਤਾ। ਸੋ ਇੱਦਾਂ ਹੀ ਗਾੜੀ ਵੀ ਸਪੋਰਟ ਕਰਦੇ ਰਹੋ, ਬੜੀ ਖੁਸ਼ੀ ਹੁੰਦੀ ਹੈ ਯਾਰ ਜੇ ਤੁਸੀਂ ਕਮੈਂਟ ਵਗੈਰਾ ਕਰਦੇ। ਯਾਰ ਸਾਰੇ ਭਰਾ ਨਾ ਕਮੈਂਟ ਜ਼ਰੂਰ ਕਰਿਆ ਕਰੋ ਵੀ ਵਲੋਗ ਵਧੀਆ ਲੱਗਦਾ ਨਹੀਂ ਲੱਗਦਾ, ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਨਹੀਂ ਪਸੰਦ ਆਉਂਦੀ, ਸੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ। ਬਾਕੀ ਬੱਠੀ ਵੀਰ ਆਪਣੇ ਨਾਲ ਆ, ਸੋ ਜਿਹੜਾ ਆਪਾਂ ਨੇ ਨਵਾਂ ਟਾਇਰ ਪਾਇਆ, ਸੋ ਉਹਦੇ 'ਤੇ ਵੀ ਅੱਜ ਆਪਾਂ ਵਾਈਟਨਰ ਨਾਲ ਉਹ ਲਿਖਣਾ ਵਾ ਜੋ ਹੁੰਦਾ ਵਾ ਜਿੱਦਾਂ MRF ਦੇ ਲਿਖਿਆ ਸੀ, ਅਤੇ ਉੱਦਾਂ ਹੀ ਲਿਖਣਾ ਵਾ। ਸੋ ਵੀਰ ਆਉਂਦਾ ਫਿਰ ਤੁਹਾਨੂੰ ਮੋਟਰਸਾਈਕਲ ਦੀ ਲੁੱਕ ਵਿਖਾਉਂਦਾ ਵਾ। ਅਤੇ ਇੱਕ ਵੀਰ 'ਤੇ ਆਪਣਾ ਉਹ ਆ ਗਿਆ, ਉਹ ਤੇਰੀ ਉਹ ਗੰਡਾਸੀ ਲੈ ਆਈ ਓਏ ਵੀ, ਐਂ ਬੱਲੇ ਦੀ ਗੰਡਾਸੀ ਵੀ ਆਉਂਦਾ, ਮੈਂ ਗੰਡਾਸੀ ਲੈ ਕੇ ਆਉਂਦਾ। ਗੰਡਾਸੀ ਕਿੱਥੇ ਉੱਤੋਂ? ਉਹ ਬੱਲੇ ਤੇਰੇ ਪੂਰੇ ਪੂਰਾ ਖਤਰਨਾਕ ਲੱਗਣ ਡਿਆ। ਵਧਾਈ ਇਹਦੇ ਘਰ ਮੁੰਡਾ ਹੋਇਆ ਸ਼ਨੀ ਘਰ। ਚਿੱਟੀ ਜੀ ਕੋਠੀ ਯਾਰ, ਇਧਰੋਂ ਬਾਰ ਬਾਰ ਸਾਹਮਣੇ ਲੱਭਦਾ ਚਬਾੜਾ, ਮੁੱਖੇ ਦੁਕਾਨ ਦੇ ਸਾਹਮਣੇ ਇਧਰਲੀ ਸਾਈਡ ਤੇ, ਉਹ ਇਹਨਾਂ ਦਾ ਘਰ ਪਾ। ਇੱਕ ਹਾਸਾ ਪਾ ਦੇ, ਮੈਂ ਵੀਡੀਓ ਬਣਾਉਣ ਡਿਆ ਅੱਜ ਵੇਲਾ। ਹੁਣ ਲੁੱਕ ਕਮੈਂਟ ਕਰਕੇ ਦੱਸੋ, ਹੁਣ ਧੋ ਧੂ ਕੇ ਲਿਆਂਦਾ ਅੱਜ ਲੱਗਦਾ ਨਾ, ਹੁਣ ਸਿਰਾ ਸਿੱਧਾ ਕਰੀ, ਟਾਇਰ ਟਾਇਰ ਸਿੱਧਾ ਕਰੀ, ਗੱਡਾ ਹੀ ਲੱਗਦਾ ਗੱਡਾ ਹੀ। ਹੁਣ ਯਾਰ ਜਿਹੜਾ ਵੇਂਦਾ ਨਾ ਸਿੱਧੀ ਨਿਗਾਹ ਪੈਂਦੀ ਇਹਦੇ ਤੇ, ਆਹ ਵਾਲੀ ਚੀਜ਼ ਤੇ ਟਾਇਰ ਤੇ ਸਿੱਧੀ ਦੀ ਸਿੱਧੀ ਦੀ ਨਿਗਾਹ ਪੈਂਦੀ ਆ ਟਾਇਰ ਦੇ ਉੱਤੇ। ਓਏ ਹੋਏ ਹੋਏ ਹੋਏ। ਸੋ ਮਿੱਤਰੋ ਬਸ ਓਨਾ ਇੱਕੋ ਕੰਮ ਰਹਿ ਗਿਆ ਵਾ, ਉਹ ਕੰਮ ਰਹਿ ਗਿਆ ਹਾਰਨ ਵਾਲਾ, ਬਾਕੀ ਆਲਮੋਸਟ ਡਨ ਵਾ। ਬਟ ਇੱਕ ਕੰਮ ਥੋੜ੍ਹਾ ਜਿਹਾ ਲੱਗਦਾ, ਅੱਗੇ 110 ਨੰਬਰ ਆ, ਪਿੱਛੇ 100 ਨੰਬਰ ਆ। ਹੁਣ ਜਿਹੜਾ 100 ਨੰਬਰ ਵਾ ਨਾ, ਅੱਗੇ ਸਾਨੂੰ ਕਾਫੀ ਵੱਡਾ ਲੱਗਦਾ ਸੀ, ਹੁਣ ਛੋਟਾ ਜਿਹਾ ਲੱਗਦਾ। ਬਾਬੇ ਇੱਕ ਵੀਡੀਓ ਵੀ ਨਹੀਂ ਬਣਾਈ ਅਤੇ ਲੋਕੇਸ਼ਨ ਚੇਂਜ ਕਰਤੀ, ਇੱਥੇ ਵੀਡੀਓ ਨਹੀਂ ਸਹੀ ਆਉਣ ਡੀ, ਇੱਥੇ ਨਾ ਯਾਰ ਗਰੀਨਰੀ ਜੀ ਜ਼ਿਆਦਾ ਉਹਦੇ ਕਰਕੇ ਸਹੀ ਨਹੀਂ ਆਉਣ ਡੀ। ਗਰੀਨਰੀ ਥੋੜ੍ਹੀ ਹੋਏ ਨਾ ਫਿਰ ਵਧੀਆ ਆਉਂਦੀ ਹੈ ਨਾ। ਕਿੱਥੇ? ਉੱਥੇ ਚੱਲ, ਉੱਥੇ ਵੇਖ ਲਓ, ਆਹ ਉੱਥੇ ਚੱਲ ਜਾਂਦੇ ਜਾਂ ਆਇਓ ਤੁਸੀਂ ਤੁਰੇ ਆਓ ਮੈਂ ਨੰਨੇ ਮੁੰਨੇ। ਬਾਬੇ ਨਿਊ ਲੋਕੇਸ਼ਨ 'ਤੇ ਪਹੁੰਚ ਗਏ ਹਾਂ, ਇੱਥੇ ਥੋੜ੍ਹੀ ਆਊਗੀ ਵੀਡੀਓ ਸਹੀ ਹੈ ਨਾ। ਆਹ ਬੰਬੀ ਆ ਲਾਗੇ ਇੱਥੇ ਛੋਟੀ ਜੀ, ਪਿੰਡਾਂ ਦਾ ਇਹੀ ਨਜ਼ਾਰਾ ਨਾ, ਜਿੱਥੇ ਮਰਜ਼ੀ ਜਾ ਕੇ ਡੇਰਾ ਲਾ ਲਓ। ਬਾਬੇ ਅੱਧੇ ਬੰਦੇ ਸਾਡੇ ਚੱਲ ਗਏ ਉੱਧਰ, ਅਤੇ ਅੱਧੇ ਘੰਟੇ ਬਾਅਦ ਆਪਣੀਆਂ 3-4 ਰੀਲਾਂ ਸ਼ੂਟ ਹੋ ਗਈਆਂ। ਅਤੇ ਸੂਰਜ ਦੇ ਸਾਹਮਣੇ ਸਪਲੈਂਡਰ ਦੀ ਲੁੱਕ ਚੱਕ, ਇਹ ਇੱਥੇ ਚੱਕ ਲਓ, ਕਿੱਡਾ ਖਤਰਨਾਕ ਜਿਹਾ ਲੱਗਦਾ ਨਾ। ਅਤੇ ਬਾਕੀ ਹੁਣ ਚੱਲੀਏ ਉੱਧਰ ਆਪਣੇ ਬੰਦੇ ਲੱਗ ਗਏ, ਅਤੇ ਇਹਦੇ 'ਚ ਆਪਾਂ ਨੇ ਵਾਈਟਨਰ ਨਾਲ ਲਿਖਣਾ ਵਾ, ਸੋ ਉਹ ਲਿਖ ਲਈਏ ਅਤੇ ਬਾਕੀ ਸਿਲੈਕਟ ਕਰ ਲੈਂਦੇ ਹਾਂ ਕਿੱਥੇ ਕਿੱਥੇ ਲਿਖਣਾ ਵਾ। ਅਤੇ ਇਹਦੇ 'ਚ ਤਾਂ ਮੇਰਾ ਇਰਾਦਾ ਆਹ ਚੀਜ਼ਾਂ 'ਤੇ ਕਰਕੇ ਲਿਖ ਦਈਏ, ਇੱਕ ਆਹ ਚੀਜ਼ ਕਰ ਦਈਏ, ਇੱਧਰੋਂ ਆਹ, ਦੋ ਆਹ ਹੋ ਗਈਆਂ ਅਤੇ ਦੋ ਇੱਧਰੋਂ ਕਰ ਦਈਏ, ਇਹ ਸੋਹਣੀਆਂ ਲੱਗੂਗੀਆਂ।
ਬਾਕੀ ਵੇਖਦੇ ਆ ਉੱਥੇ ਜਾ ਕੇ ਮੱਠੀ ਨੂੰ ਪੁੱਛ ਲੈਂਦੇ ਹਾਂ ਹਨਾ। ਚੱਲ ਕਰ ਸਟਾਰਟ, ਲੱਤਾਂ ਲੱਗ ਜਾਓ ਤੇਰੀਆਂ, ਉੱਚਾ ਹੋ ਗਿਆ ਮੋਟਰਸਾਈਕਲ ਜ਼ਿਆਦਾ। ਮਿੱਤਰ ਆਪਣੇ ਟਿਕਾਣੇ ਪਹੁੰਚ ਗਏ ਆ, ਹੁਣ ਆਪਣੀ ਸਕੀਮ ਤਾਂ ਇਹੀ ਆ ਵੀ ਆਹ ਵਾਲੀਆਂ ਚੀਜ਼ਾਂ ਕਰੀਏ ਹਨਾ। ਇੱਕ ਆਹ ਹੋ ਗਈ, ਦੋ, ਇਹ ਚਾਰ ਥਾਂ ਆ, ਫਿਰ ਕਿੰਨੀ ਥਾਂ ਕਰੀਏ, ਤਿੰਨ ਥਾਂ ਕਰ ਦਈਏ। ਨਹੀਂ ਨਹੀਂ ਚਾਰ ਜ਼ਿਆਦਾ ਹੋ ਜਾਣੀਆਂ ਯਾਰ, ਦੋ ਕਰ ਦਈਏ ਹਨਾ, ਰਹਿਣ ਦੇ ਇੱਥੋਂ ਛੱਡ ਦੇ, ਆਹ ਵਾਲੀਆਂ ਕਰੀਏ ਚਾਰ, ਉਹ ਸਹੀ ਲੱਗੂਗੀ। ਕਮੈਂਟ ਕੀਤਾ ਸੀ ਕਹਿੰਦਾ ਵੀ ਜਿਹੜਾ ਮਤਲਬ ਆਪਾਂ ਓਦਾਂ ਨੇ ਫਿਲਟਰ ਕੱਢਿਆ ਸੀ ਨਾ, ਉਹ ਵੀਰ ਕਹਿੰਦਾ ਫਿਲਟਰ ਨਾ ਕੱਢਿਓ, ਮਤਲਬ ਤੁਸੀਂ ਨਾ ਏਦਾਂ ਹੀ ਚੈੱਕ ਕਰਿਓ, ਕੱਢ ਕੇ ਇਕੱਲਾ ਢੱਕਣ ਲਾ ਦਿਓ। ਸੋ ਮੈਂ ਕਿਹਾ ਹੁਣ ਉਹ ਕਰਕੇ ਵੇਖ ਲੈਂਦੇ ਆਪਾਂ, ਆਪਣਾ ਫਿਲਟਰ ਕੱਢਣ ਤੋਂ ਬਿਨਾਂ ਆਵਾਜ਼ ਬਣਦੀ ਆ ਕਿ ਨਹੀਂ। ਮੱਠੀ ਕੱਟ, ਇਹਦੇ ਚਾਬੀ ਪਾਉਂਦੇ ਕੈਂਡ, ਦੂਜਾ ਹੀ ਲਾ ਲਾ, ਮਿੰਟ ਲਾ ਇੱਧਰ ਲੈਂਦੇ ਹਾਂ ਨਾ, ਇੱਧਰ ਮਿੰਟੋ ਮਿੰਟ ਕੱਢ, ਅੱਜ ਵੇਖ ਹੀ ਲੈਣਾ ਆਪਣਾ ਆਵਾਜ਼ ਨਿਕਲਦੀ ਆ ਕਿ ਨਹੀਂ ਨਿਕਲਦੀ ਬਿਨਾਂ। ਤੁਸੀਂ ਕੰਮ ਕਹੋ ਤੇ ਅਸੀਂ ਪੂਰਾ ਨਾ ਕਰੀਏ, ਇੱਦਾਂ ਹੋ ਨਹੀਂ ਸਕਦਾ। ਆ ਜਾਓ ਭਾਜੀ ਇੱਧਰ, ਲਓ ਵੀ ਬਾਬਿਓ ਆਹ ਖੁੱਲ ਗਿਆ, ਮੱਠੀ ਖੋਲ ਨਾ ਮਿੰਟੋ ਮਿੰਟ, ਇਕੱਲਾ ਢੱਕਣ ਲਾ ਕੇ ਵੇਖਣਾ, ਜੇ ਤੇ ਇੱਦਾਂ ਗੱਲ ਬਣ ਗਈ ਫਿਰ ਆਪਾਂ ਢੱਕਣ ਲਾਉਣਾ ਹੀ ਨਹੀਂ ਆ। ਚਲ ਇੱਦਾਂ ਮਾਰ ਕੇ ਇੱਕ ਲਾ ਚਾਬੀ, ਇੱਦਾਂ ਬਣ ਜਾਂਦੀ ਆ ਨਾ। ਲਓ ਬਾਬੇ ਇੱਦਾਂ ਵੀ ਗੱਲ ਬਣ ਗਈ ਜੇ ਫਿਲਟਰ ਕੱਢਣ ਤੋਂ ਬਿਨਾਂ ਹੀ, ਦਹੀਂ ਰੇਸ਼ ਮਾਰੀ ਜੀ। ਉੱਨੀ ਨਹੀਂ ਬਣਦੀ ਪਰ ਠੀਕ ਆ। ਹੁੰਦੇ ਆ ਰੇਸ ਵਾਲਾ, ਜਾ ਕੇ ਫਿਲਟਰ ਸਹੀ ਲੱਗਾ, ਉਦਣ ਦਾ ਮੈਂ ਇੱਦਾਂ ਹੀ ਛੱਡ ਛੱਡਿਆ, ਫਿਲਟਰ ਇੱਦਾਂ ਹੀ ਭੱਜਾ ਪਿੰਡਿਆ ਵਿੱਚ, ਹੁਣ ਜਾ ਕੇ ਉਹ ਚੀਜ਼ ਫਸੀ ਆ ਵਿੱਚ, ਉਹ ਵੇਖ ਚੱਲ ਲਾ ਦੇ ਨਾਟ। ਵਾਲਾ ਕੰਮ ਆਪਣਾ ਅੱਧ 'ਚ ਰਹਿ ਗਿਆ ਵਾ, ਇਹ ਹੁਣ ਮੈਨੂੰ ਘਰ ਜਾ ਕੇ ਕੰਪਲੀਟ ਕਰਨਾ ਪੈਣਾ ਵਾ, ਸੋ ਉਹਦੇ ਲਈ ਵਾਈਟਨਰ ਲਿਆਉਣਾ ਪੈਣਾ, ਫਿਰ ਵਾਈਟਨਰ ਲਿਆ ਕੇ ਫਿਰ ਕੰਪਲੀਟ ਕਰਦੇ ਹਾਂ। ਬਾਕੀ ਇੱਕ ਇੱਕ ਫਾਇਦਾ ਹੋ ਗਿਆ ਆਪਾਂ ਨੂੰ ਫਿਲਟਰ ਖੋਲਣ ਦੇ ਚੱਕਰ 'ਚ, ਫਿਲਟਰ ਆਪਣਾ ਉੱਦਾਂ ਹੀ ਲੱਗਾ ਇਹ ਵਿੱਚ, ਸੋ ਉਹ ਵਾਲਾ ਕੰਮ ਸੈੱਟ ਹੋ ਗਿਆ ਵਾ। ਮੈਨੂੰ ਉਦਣ ਦਾ ਪਤਾ ਹੀ ਨਹੀਂ, ਮੈਂ ਇੱਦਾਂ ਹੀ ਲਾ ਛੱਡਿਆ ਵਾ। ਹੁਣ ਮੱਠੀ ਇੱਕ ਗੇਰਾ ਲਾ ਕੇ ਦੱਸੂ ਸਾਨੂੰ, ਮੱਠੀ ਜਾ ਗੇਰਾ ਲਾ ਗਿਆ ਤਾਂ ਮੱਠੀ ਕੇ ਸਟਾਰਟਿੰਗ ਆ, ਉਹ ਤੇਲ ਬੰਨ ਕੇ ਉਹ ਤੇਲ ਬੰਨ, ਚੱਲ ਉਹ ਫੇਰ ਉਹ ਕਾਰਬੇਟਰ ਦਾ ਕੰਮ ਹੋ ਗਿਆ ਨਾ, ਮੈਨੂੰ ਪਤਾ, ਰੁਕ ਜਾ ਤੇਲ ਨਹੀਂ ਆਉਣ ਡਿਆ ਨਾ, ਖਲੋ ਜਾ, ਉਹ ਵੇਖ ਲਾ ਉਹੀ ਗੱਲ, ਹਲਾਈ ਮਾੜਾ ਜਿਹਾ, ਹਲਾਈ ਹਲਾ, ਫੂਕ ਮਾਰ ਫੂਕ ਮਾਰ, ਆ ਗਿਆ ਆ ਗਿਆ ਓਏ, ਦੇਖਾ ਹਵਾ ਭਰੀ ਜਾਂਦੀ ਸਾਲਿਆ ਟੈਂਕੀ 'ਚ, ਹਵਾ ਨਹੀਂ ਭਰੀ ਜਾਂਦੀ ਬੇਟਾ, ਦੇ ਆ ਰੇਸ ਭਲਾ, ਓਏ ਆ ਜਾਊਗਾ ਵਾਪਸ, ਕਿੱਥੇ ਚਲ ਗਿਆ ਮਾਮਾ, ਮੱਠੀ ਆ ਗਿਆ, ਮੱਠੀ ਸੁਣਾ ਆਵਾਜ਼, ਨਹੀਂ ਰੇਸ ਵੀਰ ਆਹ ਗੱਲ ਤੇ ਮਾਰੀ ਆ ਨਾ ਇਹ ਬ੍ਰੇਕ ਵਾਲੀ। ਲਓ ਬਾਬੇ ਇੱਕ ਟਰਾਈ ਮੈਂ ਲਵਾਂ ਤੇ ਫਿਰ ਘਰ ਨੂੰ ਚੱਲੀਏ।
ਭਾਫਾ ਨਾ ਚੁੱਕ ਲਈ अपने फुले वीर की आई डी आई है मठी की शालू की जे तुम तिना च किसी इंटरस्ट वा तो फॉलो कर सकते बाकी मर्जी है बाकी रब रखा जी सारे धन्यवाद।